ਪਰ ਇਹਨਾਂ ਅਸੀਂ ਜ਼ਰੂਰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਧੜੇ ਦਾ ਨਹੀਂ ਹੈ, ਸ੍ਰੀ ਅਕਾਲ ਤਖਤ ਸਾਹਿਬ ਸਭ ਦਾ ਹੈ। ਅਤੇ ਇਹ ਵਹਿਮ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਧੜਿਆਂ ਦੀ ਸਰਪ੍ਰਸਤੀ ਕਰਦੇ ਆ, ਅਸੀਂ ਕਿਸੇ ਧੜੇ ਦੀ ਸਰਪ੍ਰਸਤੀ ਨਹੀਂ ਕਰਾਉਂਦੇ। ਸਿੱਧੂ ਮੂਸੇਵਾਲੇ ਨੇ ਮਾਫ਼ੀ ਮੰਗੀ, ਉਹਨੇ ਮਾਫ਼ੀ ਮੰਗੀ ਹੈ ਲਿਖਤੀ ਰੂਪ ਦੇ ਵਿੱਚ, ਉਹਦੇ 'ਤੇ ਵਿਚਾਰ ਕੀਤੀ ਹੈ। ਇਸ ਰਾਸਤਾ ਹੀ ਤੁਹਾਡਾ ਨਕਲੀ ਨਿਰੰਕਾਰੀ ਸੰਬੰਧੀ ਬਿਆਨ ਦਿੱਤਾ ਗਿਆ ਸੀ, ਉਹਦਾ ਵਿਰੋਧ ਕੀਤਾ। ਦੇਖੋ, ਬਿਆਨ ਦੀ ਮੂਲ ਭਾਵਨਾ ਨੂੰ ਸਮਝ ਹੀ ਨਹੀਂ ਸਕੇ। ਮੈਂ ਆਖਿਆ ਕੀ ਹੈ, ਉਹਦੇ ਗਲਤ ਅਰਥ ਜਿਹੜੇ ਉਹਨਾਂ ਨੇ ਕੀਤੇ ਆ, ਮੇਰਾ ਉਹ ਭਾਵ ਨਹੀਂ ਸੀ ਜਿਹੜੇ ਉਹ ਅਰਥਾਂ 'ਚ ਲੈ ਗਏ। ਨਹੀਂ, ਅਸੀਂ ਇਸ ਬਾਰੇ ਕੁਛ ਨਹੀਂ ਕਹਿਣਾ, ਨਾ ਹੀ ਸਾਡਾ ਅੱਜ ਦੀ ਮੀਟਿੰਗ ਦਾ ਇਹ ਏਜੰਡਾ ਸੀਗਾ। ਵੱਡੀ ਖਬਰ, ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨਾਲ ਜੁੜੀ ਹੋਈ ਹੈ, ਜੋ ਕਿ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ। ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭਾਈ ਢੰਡਰੀਆਂ ਵਾਲੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ, ਜਿਸ 'ਤੇ ਹੁਣ ਜਥੇਦਾਰ ਨੇ ਪ੍ਰਤੀਕਿਰਿਆ ਦਿੱਤੀ ਹੈ। ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਭ ਦਾ ਸਾਂਝਾ ਏ, ਇੱਥੇ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ। ਇਸਦੇ ਲਈ ਭਾਈ ਢੰਡਰੀਆਂ ਵਾਲੇ ਨੂੰ ਵਹਿਮ ਹੈ ਕਿ ਉਹ ਧੜਿਆਂ ਦੀ ਸਰਪ੍ਰਸਤੀ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਹੰਗਾਂ ਸਿੰਘਾਂ ਦੇ ਸਮੂਹ ਦਲ ਪੰਥਾਂ ਨੂੰ ਆਵਾਜ਼ ਮਾਰੀ ਗਈ ਸੀ, ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਿੱਕੇ ਜਿਹੇ ਅਦਬ ਭਰੇ ਸੱਦੇ ਦੇ ਉੱਤੇ ਸਮੂਹ ਨਿਹੰਗਾਂ ਸਿੰਘਾਂ ਦੇ ਦਲ ਪੰਥ ਜਿਹੜੇ ਪਹੁੰਚੇ ਆ, ਜਿਹਦੇ ਵਿੱਚ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਦਲ ਪੰਥ ਬੁੱਢਾ ਦਲ, ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ, ਬਾਬਾ ਅਵਤਾਰ ਸਿੰਘ ਜੀ ਦਲ ਪੰਥ ਵਿਧੀ ਚੰਦ, ਬਾਬਾ ਨਿਹਾਲ ਸਿੰਘ ਜੀ, ਬਾਬਾ ਗੱਜਣ ਸਿੰਘ ਜੀ, ਬਾਬਾ ਵਸਨ ਸਿੰਘ ਜੀ। ਅੱਜ ਦੀ ਇਕੱਤਰਤਾ ਦਾ ਜਿਹੜਾ ਮਨੋਰਥ ਸੀ, ਸਿਰਫ ਅਤੇ ਸਿਰਫ ਇਹੋ ਸੀ ਕਿ ਅਸੀਂ ਸਾਰਿਆਂ ਨੇ ਰਲ ਮਿਲ ਕੇ ਬੈਠਣਾ, ਇਕੱਠਿਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਕੇਂਦਰ ਬਿੰਦੂ ਮੰਨ ਕੇ ਅਸੀਂ ਇੱਕ ਏਕਤਾ, ਇੱਕ ਸੂਤਰ ਦੇ ਵਿੱਚ ਆਪਣੇ ਆਪ ਨੂੰ ਪਰੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ, ਸਿਰਫ ਅਤੇ ਸਿਰਫ ਅੱਜ ਦੀ ਇਸ ਇਕੱਤਰਤਾ ਦਾ ਜਿਹੜਾ ਇਹ ਮਕਸਦ ਸੀ। ਔਰ ਬਹੁਤ ਸਾਰੇ ਨਿਹੰਗ ਸਿੰਘ ਦਲ ਪੰਥ ਦੇ ਮੁਖੀ ਸਾਹਿਬਾਨ ਜਿਹੜੇ ਪਹੁੰਚੇ ਆ, ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਅਸੀਂ ਸਾਰੇ ਜਿਹੜੇ ਆ ਰਲ ਮਿਲ ਕੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਚੱਲਾਂਗੇ, ਅਤੇ ਸਾਰੇ ਜਿਹੜੇ ਆ ਕਾਫਲੇ ਦੇ ਰੂਪ ਦੇ ਵਿੱਚ ਚੱਲਦੇ ਹੋਏ ਅਸੀਂ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ, ਅਤੇ ਪੰਥ ਦੇ ਵਿੱਚ ਜੋ ਵੀ ਸਮੱਸਿਆਵਾਂ 'ਚ ਜੋ ਵੀ ਚੁਣੌਤੀਆਂ ਪੰਥ ਨੂੰ ਆਉਂਦੀਆਂ ਨੇ ਉਹਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਭਰਪੂਰ ਸਹਿਯੋਗ ਦੇਵਾਂਗੇ। ਅੱਜ ਦੀ ਇਕੱਤਰਤਾ ਦਾ ਇਹੋ ਏਜੰਡਾ ਸੀ, ਅਤੇ ਬਹੁਤ ਸਾਰੇ ਨਿਹੰਗ ਸਿੰਘ ਪਹੁੰਚੇ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਬਸ ਇਹੋ ਹੀ ਮੁੱਦਾ ਵਿਚਾਰਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਦੇ ਵਿੱਚ ਅਸੀਂ ਸਾਰਿਆਂ ਨੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਤੁਰਨਾ, ਅਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਾ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਹੋਂਦ ਹਸਤੀ ਜਿਹੜੀ ਹੈ, ਇਸ ਨੂੰ ਜਿਹੜਾ ਅਸੀਂ ਫਿਰ ਮੁੜ ਜਿਹੜਾ ਬੁਲੰਦੀਆਂ ਦੇ ਉੱਤੇ ਲੈ ਕੇ ਜਾਣਾ, ਔਰ ਇਹਦਾ ਮਕਸਦ ਜਿਹੜਾ ਇੱਕੋ ਇੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੰਸਥਾ ਨੂੰ ਮੁੜ ਸ਼ਕਤੀਸ਼ਾਲੀ ਬਣਾਉਣਾ, ਤਾਂ ਕਿ ਹਰ ਪ੍ਰਕਾਰ ਦੀਆਂ ਚੁਣੌਤੀਆਂ ਜਿਹੜਾ ਗੁਰੂ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਨਜਿੱਠ ਸਕੇ। ਨਹੀਂ, ਅਸੀਂ ਇਸ ਬਾਰੇ ਕੁਛ ਨਹੀਂ ਕਹਿਣਾ, ਨਾ ਹੀ ਸਾਡਾ ਅੱਜ ਦੀ ਮੀਟਿੰਗ ਦਾ ਇਹ ਏਜੰਡਾ ਸੀਗਾ, ਪਰ ਇਹਨਾਂ ਅਸੀਂ ਜ਼ਰੂਰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਧੜੇ ਦਾ ਨਹੀਂ ਹੈ, ਸ੍ਰੀ ਅਕਾਲ ਤਖਤ ਸਾਹਿਬ ਸਭ ਦਾ ਹੈ, ਸਭ ਨੂੰ ਕਲਾਵੇ ਵਿੱਚ ਲੈਣ ਵਾਲਾ ਸ੍ਰੀ ਅਕਾਲ ਤਖਤ ਸਾਹਿਬ, ਅਸੀਂ ਕਿਸੇ ਧੜੇ ਦੇ ਵਿੱਚ ਨਹੀਂ ਹਾਂ। ਅਤੇ ਇਹ ਵਹਿਮ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਧੜਿਆਂ ਦੀ ਸਰਪ੍ਰਸਤੀ ਕਰਦੇ, ਅਸੀਂ ਕਿਸੇ ਧੜੇ ਦੀ ਸਰਪ੍ਰਸਤੀ ਨਹੀਂ ਕਰਾਉਂਦੇ। ਸਾਡਾ ਧੜਾ ਜਿਹੜਾ ਗੁਰੂ ਖਾਲਸਾ ਪੰਥ ਹੈ, ਸਾਡਾ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸ ਕਰਕੇ ਹੋਰ ਕੋਈ ਮਸਲਾ ਨਹੀਂ। ਉਹ ਮਾਫ਼ੀ ਉਹ ਦੇ ਕੇ ਗਏ, ਉਹਦੇ 'ਤੇ ਵਿਚਾਰ ਕੀਤੀ ਜਾਵੇ। ਦਿੱਲੀ ਦੇ ਅਸੀਂ ਸਿੱਖ ਆਗੂ ਬੁਲਾਏ ਸੀ, ਪ੍ਰਧਾਨ ਬੁਲਾਏ ਸੀ, ਸਾਬਕਾ ਪ੍ਰਧਾਨ ਬੁਲਾਏ ਸੀ, ਮੌਜੂਦਾ ਪ੍ਰਧਾਨ ਬੁਲਾਇਆ ਸੀ, ਉਹਨਾਂ ਦੀਆਂ ਗੱਲਾਂ ਸੁਣੀਆਂ ਨੇ, ਸਾਰਾ ਰਿਕਾਰਡ ਜਿਹੜਾ ਸਕੂਲ ਨਾਲ ਸੰਬੰਧਿਤ ਜਾਂ ਜਿਹੜੇ ਵੀ ਦੋਸ਼ ਆਰੋਪ ਇੱਕ ਦੂਜੇ ਦੇ ਉੱਤੇ ਲੱਗੇ ਆ, ਉਹਨਾਂ ਨਾਲ ਸੰਬੰਧਿਤ ਅਸੀਂ ਸਾਰਾ ਰਿਕਾਰਡ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਉਹਨਾਂ ਤੋਂ ਲੈ ਲਿਆ, ਪ੍ਰਾਪਤ ਕਰ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਉੱਚ ਪੱਧਰੀ ਕਮੇਟੀ ਬਣਾਈ ਜਾਊਗੀ, ਜਿਹਦੇ ਵਿੱਚ ਲਾਇਰ ਹੋਣਗੇ, ਜਿਹਦੇ ਵਿੱਚ ਇਕਨੋਮਿਸਟ ਹੋਣਗੇ, ਅਤੇ ਜਿਹਦੇ ਵਿੱਚ ਜਿਹੜੇ ਵਿਦਵਾਨ ਵੀ ਹੋਣਗੇ, ਅਤੇ ਸਾਰੇ ਜਿੰਨੇ ਵੀ ਦਿੱਲੀ ਕਮੇਟੀ ਦੇ ਜਿਹੜੇ ਰੌਲੇ ਰੱਪੇ ਉਹਨਾਂ ਦੀ ਪੜਤਾਲ ਕਰਕੇ ਉਹ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ 'ਤੇ ਦੇਵੇਗੀ। ਸਿੱਧੂ ਮੂਸੇਵਾਲੇ ਵਿੱਚ ਸਕੂਲ ਦਾ ਮਸਲਾ, ਵਿੱਚ ਹੋਰ ਜਿਹੜੇ ਇੱਕ ਦੂਜੇ ਦੇ ਐਲੀਗੇਸ਼ਨ ਲੱਗੇ ਨੇ ਉਹਨਾਂ ਦੇ ਮਸਲੇ, ਇਹ ਸਾਰੇ ਦੇ ਮਾਮਲਿਆਂ ਦੀ ਪੜਤਾਲ ਅਸੀਂ ਕਰਵਾਵਾਂਗੇ। ਸਿੱਧੂ ਮੂਸੇਵਾਲੇ ਨੇ ਮਾਫ਼ੀ ਮੰਗੀ, ਉਹਨੇ ਮਾਫ਼ੀ ਮੰਗੀ ਹੈ ਲਿਖਤੀ ਰੂਪ ਦੇ ਵਿੱਚ, ਉਹਦੇ 'ਤੇ ਵਿਚਾਰ ਕੀਤੀ ਜਾਊ। ਇਸ ਰਾਸਤਾ ਹੀ ਤੁਹਾਡਾ ਨਕਲੀ ਨਿਰੰਕਾਰੀ ਸੰਬੰਧੀ ਬਿਆਨ ਦਿੱਤਾ ਗਿਆ ਸੀ, ਉਹਦਾ ਵਿਰੋਧ ਕੀਤਾ। ਦੇਖੋ, ਬਿਆਨ ਦੀ ਮੂਲ ਭਾਵਨਾ ਨੂੰ ਸਮਝ ਹੀ ਨਹੀਂ ਸਕੇ। ਮੈਂ ਆਖਿਆ ਕੀ ਹੈ, ਉਹਦੇ ਗਲਤ ਅਰਥ ਜਿਹੜੇ ਉਹਨਾਂ ਨੇ ਕੀਤੇ ਆ, ਮੇਰਾ ਉਹ ਭਾਵ ਨਹੀਂ ਸੀ ਜਿਹੜੇ ਉਹ ਅਰਥਾਂ 'ਚ ਲੈ ਗਏ। ਦੇਖੋ, ਸਿਰਫ ਅਤੇ ਸਿਰਫ ਅਸੀਂ ਤਾਂ ਸਿੱਖ ਪੰਥ ਦੀਆਂ ਜਿਹੜੀਆਂ ਸਾਡੀਆਂ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਾਡੇ ਗ੍ਰੰਥੀ ਸਾਹਿਬਾਨ ਹੈ, ਉਹਨਾਂ ਨੂੰ ਅਸੀਂ ਇਹ ਬੇਨਤੀ ਕਰਾਂਗੇ ਕਿ ਆਪਾਂ ਸਾਰੇ ਰਲ ਮਿਲ ਕੇ ਅਰਦਾਸ ਕਰੀਏ
कि जो भी ये संसार में समस्या जी आई है कोरोना वायरस की, अकाल पुरख मेहर करे तो कोरोना वायरस तो जो छुटकारा सारी मनुख जाति दस दिए कि भाई रणजीत सिंह ढंडरियां वाले वालों पिछले कई दिनों तो जथेदार की कार्यकारी से सवाल खड़े किए जा रहे थे, जिसते अज जथेदार ज्ञानी हरप्रीत सिंह ने अपनी प्रतिक्रिया दी है। अमृतसर तो सत्यान सिंह की रिपोर्ट, चैनल पंजाबी। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।